ਜਿਹੜਾ ਅਸਤੀਫਾ ਉਹਨੇ ਦਿੱਤਾ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾ ਹੋਣ ਦੇ ਨਾਤੇ ਉਹ ਮੈਂ ਅਸਤੀਫਾ ਜਿਹੜਾ ਉਹਨਾਂ ਦਾ ਉਹ ਰੱਦ ਕਰਦਾ ਉਹ ਅਸਤੀਫਾ ਮੰਨਿਆ ਨਹੀਂ ਜਾਊਗਾ ਉਹਨਾਂ ਨੂੰ ਮੈਂ ਟੈਲੀਫੋਨ ਤੋਂ ਆ ਥੋੜ੍ਹਾ ਸਮਾਂ ਪਹਿਲਾਂ ਕਨਵੇ ਵੀ ਕਰ ਦਿੱਤਾ ਸੀ ਕਿ ਤੁਸੀਂ ਬਿਹਤਰ ਤਾਂ ਸੀਗਾ ਵੀ ਅਸਤੀਫਾ ਵਾਪਸ ਲੈਂਦੇ ਪਰ ਕਿਉਂਕਿ ਤੁਹਾਡੀਆਂ ਸੇਵਾਵਾਂ ਸਿੱਖ ਪੰਥ ਪ੍ਰਤੀ ਬਹੁਤ ਸ਼ਲਾਘਾਯੋਗ ਆ ਅਤੇ ਤੁਹਾਡੀਆਂ ਸੇਵਾਵਾਂ ਦੀ ਹਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਵਿੱਖ ਦੇ ਵਿੱਚ ਵੀ ਬਹੁਤ ਜ਼ਰੂਰਤ ਆ ਕਿਉਂਕਿ ਪਿਛਲਾ ਸਾਰਾ ਸਮਾਂ ਉਹਨਾਂ ਦਾ ਅਤੇ ਆ ਜਿਹੜਾ ਮੂਹਰਲਾ ਸਮਾਂ ਉਹਦੇ ਵਿੱਚ ਵੱਖ ਵੱਖ ਅਹੁਦਿਆਂ 'ਤੇ ਸਾਡੇ ਨਾਲ ਸਲਾਹਾਂ ਵੀ ਕਰਦੇ ਆ ਅਤੇ ਸਾਡੀ ਯੋਗ ਅਗਵਾਈ ਵੀ ਕਰਦੇ ਆ ਸੋ ਉਹ ਸਾਰਿਆਂ ਪੱਖਾਂ ਨੂੰ ਮੁੱਖ ਰੱਖਦੇ ਹੋਏ ਉਹ ਜਿਹੜਾ ਅਸਤੀਫਾ ਆ ਉਹ ਨਾ ਮਨਜ਼ੂਰ ਕੀਤਾ ਜਾਂਦਾ ਰੱਦ ਕੀਤਾ ਜਾਂਦਾ ਅਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਜਿਵੇਂ ਅੱਗੇ ਤੁਸੀਂ ਸਾਡੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਅਤੇ ਬਤੌਰ ਪੰਜ ਸਿੰਘ ਸਾਹਿਬਾਨ ਅਗਵਾਈ ਕਰਦੇ ਹਾਂ ਉਸੇ ਤਰ੍ਹਾਂ ਸਾਡੀ ਜਿਹੜੀ ਆ ਯੋਗ ਅਗਵਾਈ ਤੁਸੀਂ ਕਰਨੀ ਆ ਹਾਂ ਮੈਂ ਇਹ ਜ਼ਰੂਰ ਸਪਸ਼ਟ ਕਰਨਾ ਚਾਹੁੰਦਾ ਕਿ ਕਈ ਵਾਰੀ ਮਰਿਆਦਾ ਦਾ ਏਡਾ ਵੱਡਾ ਉਲੰਘਣ ਹੋ ਜਾਂਦਾ ਅੱਜ ਤਾਂ ਸਾਡੇ ਵਿੱਚ ਰਹਿ ਹੀ ਗੱਲ ਇਹ ਗਈ ਆ ਕਿ ਜਿਹੜਾ ਵੀ ਕੋਈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਆਉਂਦਾ ਇੱਕ ਚਿੱਠੀ ਫੜਾ ਦਿੰਦਾ ਬਾਹਰ ਬਖਿਆਨ ਵੀ ਆਪਣੇ ਢੰਗ ਨਾਲ ਕਰ ਜਾਂਦਾ ਵੀ ਜੀ ਇਹਨੂੰ ਆਹ ਸਜ਼ਾ ਦੇਣੀ ਚਾਹੀਦੀ ਆ ਆਪ ਹੀ ਕੰਪਲੇਨੈਂਟ ਅਤੇ ਆਪ ਹੀ ਜੱਜ ਦਾ ਵੀ ਰੋਲ ਅਦਾ ਕਰਕੇ ਚੱਲ ਜਾਂਦੇ ਤੁਸੀਂ ਮੀਡੀਆ ਵਿੱਚ ਬਿਹਤਰ ਜਾਣਦੇ ਆ ਇਵੇਂ ਕਦੇ ਨਹੀਂ ਹੋਈ ਇਹ ਮਰਿਆਦਾ ਪਿਛਲੇ ਦਮੇ ਦੌਰਾਨ ਸਿੰਘ ਸਾਹਿਬ ਨੇ ਜਦੋਂ ਇੱਕ ਹਦਾਇਤ ਵੀ ਕੀਤੀ ਸੀ ਵੀ ਜੇ ਤੱਕ ਸ਼੍ਰੋਮਣੀ ਗੁਰਦੁਆਰਾ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਵੀ ਇੱਕ ਦੂਜੇ ਪ੍ਰਤੀ ਸ਼ਿਕਾਇਤਾਂ ਆ ਉਹਦੇ ਪ੍ਰਤੀ ਕੁਛ ਨਾ ਬੋਲਿਆ ਜਾਵੇ ਅਤੇ ਮੈਂ ਦੇਖਦਾ ਇੱਥੇ ਜਿੰਨੇ ਵੀ ਆਉਂਦੇ ਆ ਉਹ ਕੰਪਲੇਂਟ ਪਾਉਣ ਆਉਂਦੇ ਆ ਨਾਲ ਇਹ ਆਪਣਾ ਬਖਿਆਨ ਵੀ ਕਰ ਜਾਂਦੇ ਆ ਅਤੇ ਸਿਆਸੀ ਰੋਟੀਆਂ ਵੀ ਸੇਕ ਰਹੇ ਆ